ਕੇਸਰਾ ਰਾਮ ਦੀ ਕਹਾਣੀ ਸਭ ਤੋਂ ਖਤਰਨਾਕ ਦਾ ਅਗਲਾ ਪਾਗ ਫਿਰ ਉਹਨੇ ਮੇਨ ਗੇਟ ਖੜਕਾਇਆ ਸਰਦਾਰ ਨੇ ਗੇਟ ਖੋਲਿਆ ਤਾਂ ਉਹ ਬੰਦਾ ਕਹਿੰਦਾ ਇਸ ਲੜਕੇ ਕੋ ਉਠਾਓ ਐਸ ਡੀ ਐਮ ਸਾਹਿਬ ਬੁਲਾ ਰਹੀ ਹੈ ਇਹਨੇ ਚ ਮੈਂ ਉੱਠ ਕੇ ਕਿ ਕਮੀਜ਼ ਪਜਾਮਾ ਪਾ ਚੁੱਕਿਆ ਸੀ ਮੈਂ ਅੰਦਰ ਵਾਲਾ ਗੇਟ ਖੋਲ ਦਿੱਤਾ ਐਸ ਡੀ ਐਮ ਸਾਹਿਬ ਮੈਨੂੰ ਮੈਂ ਹੈਰਾਨੀ ਨਾਲ ਉਸ ਵੱਲ ਵੇਖ ਕੇ ਫਿਰ ਸਰਦਾਰ ਵੱਲ ਵੇਖਿਆ ਅਬ ਚਲੇਗਾ ਵੀ ਕੋਈ ਗੱਲ ਨਹੀਂ ਤੂੰ ਜਾਇਆ ਅਸੀਂ ਇੱਥੇ ਹੀ ਹਾਂ ਸਾਰੇ ਸਰਦਾਰ ਦੇ ਕਹਿਣ ਤੇ ਮੈਂ ਉਸ ਬੰਦੇ ਨਾਲ ਸਾਹਮਣੇ ਵਾਲੇ ਘਰ 'ਚ ਚਲਾ ਗਿਆ। ਬੈਠਕ 'ਚ ਸਾਹਮਣੇ ਵਾਲਾ ਮਕਾਨ ਮਾਲਕ ਜੰਗੜਾ ਅੰਕਲ ਜਿਹਦੀ ਸਰਦਾਰ ਜੀ ਨਾਲ ਨਹੀਂ ਬਣਦੀ ਸੀ ਤੇ ਇੱਕ ਹੋਰ ਬੰਦਾ दारू ਪੀ ਰਿਹਾ ਸੀ। ਕਾਫੀ ਪੀ ਚੁੱਕੇ ਸੀ। ਮੇਜ਼ 'ਤੇ दारू ਦੀ ਬੋਤਲ, ਨਮਕੀਨ ਵਗੈਰਾ ਤੇ ਭਰੇ ਹੋਏ ਗਲਾਸ ਪਏ ਸੀ। ਜਾਨ ਸਰ ਮੈਂ ਅੰਕਲ ਨੂੰ ਨਮਸਤੇ ਬੁਲਾਈ ਤਾਂ ਦੂਜੇ ਬੰਦੇ ਨੇ ਪੁੱਛਣਾ ਸ਼ੁਰੂ ਕਰਤਾ। "ਕਿਆ ਨਾਮ ਹੈ ਤੇਰਾ? ਕੌਣਸਾ ਗਾਮ ਹੈ? ਕਿਆ ਕਰਤਾ ਹੈ? ਯਹਾਂ ਕਮਰਾ ਕਿਸਨੇ ਦਲਵਾਇਆ ਤੁਝੇ?" ਤੇ ਹੋਰ ਵੀ ਕਈ ਸਵਾਲ ਤੇ ਮੈਂ ਜਵਾਬ ਦਿੰਦਾ ਰਿਹਾ ਫਿਰ ਉਹ ਕਹਿੰਦਾ ਕੱਲ ਸ਼ਾਮ ਤੱਕ ਇਹ ਕਮਰਾ ਛੋੜ ਕੇ کہیں ਹੋਰ ਚਲਾ ਜਾ ਮੈਂ ਪੁੱਛਿਆ ਮੇਰਾ ਕਸੂਰ ਬਸ ਬੋਲਾ ਨਾ ਤੇਰੇ ਕੋ ਜਿਆਦਾ ਬਹਿਸ ਕਰੀ ਤੋ ਮਹਿੰਗਾ ਪੜੇਗਾ ਬਤਾ ਦیتے ਹਨ ਤੇਰੇ ਕੋ ਇਹ ਐਸ ਡੀ ਐਮ ਹੈ ਕੁਛ ਵੀ ਕਰ ਸਕਤੇ ਹੈ ਜੋ ਬੰਦਾ ਮੈਨੂੰ ਬੁਲਾਣ ਆਇਆ ਸੀ ਨਿਆਦਾ ਕ ਗਲਾਸ ਖਿੱਚ ਕੇ ਮੁੱਛਾ ਮੁੰਨੇ ਬੁੱਲ ਪੁੰਝਦਿਆਂ ਕਿਹਾ ਮੈਂ ਉਹਨਾਂ ਨੂੰ ਵੀ ਨਮਸਤੇ ਬੁਲਾ ਦਿੱਤੀ ਐਸ ਡੀ ਐਮ ਲਈ ਇਸ ਤੋਂ ਵੱਧ ਮੈਂ ਹੋਰ ਕੰਮ ਵੀ ਕੀ ਸਕਦਾ ਸੀ ਮੈਂ ਵੀ ਕਿਹਾ ਕਿ ਪੂਰੇ ਮਹੱਲੇ 'ਚ ਕਿਸੇ ਨੂੰ ਮੇਰੇ ਕਰਕੇ ਕੋਈ ਪਰੇਸ਼ਾਨੀ ਹੈ ਤਾਂ ਦੱਸੋ ਮੈਂ ਅੰਕਲ ਵੱਲ ਮੁਹ ਕੀਤਾ ਅੰਕਲ ਨੂੰ ਪੁੱਛ ਲਓ ਜੇ ਕਦੇ ਕੋਈ ਸ਼ਿਕਾਇਤ ਦਾ ਮੌਕਾ ਦਿੱਤਾ ਹੋਵੇ ਅੰਕਲ ਕੁਛ ਨਾ ਬੋਲੇ ਤਾਂ ਮੈਂ ਵਾਪਸ ਆ ਗਿਆ ਗਲੀ 'ਚ ਸਰਦਾਰ ਤੇ ਭਾਬੀ ਡਾਂਗਾ ਚੁੱਕੇ ਖੜੇ ਸੀ ਮਰਾਠਨ ਮੇਨ ਗੇਟ 'ਚ ਖੜੀ ਸੀ ਫੋਰਮੈਨ ਦੀ ਅੱਜ ਨਾਈਟ ਸ਼ਿਫਟ ਸੀ ਦੂਜਾ ਕਿਰਾਏਦਾਰ ਤੇ ਕਿਰਾਏਦਾਰਨੀ ਆਪਣੇ ਕਮਰੇ ਦੀ ਲਾਈਟ ਔਨ ਕੀਤੇ ਬਿਨਾਂ ਹੀ ਗਲੀ 'ਚ ਖੁੱਲਦੀ ਖਿੜਕੀ ਚੋਂ ਝਾਕਰ ਰਹੀ ਸੀ ਮੇਰੇ ਅੰਦਰ ਆਉਣ ਤੇ ਸਰਦਾਰ ਨੇ 메ਨ ਗੇਟ ਬੰਦ ਕੀਤਾ ਭਾਬੀ ਨੇ ਮੈਨੂੰ ਪਾਣੀ ਦਾ ਗਲਾਸ ਲਿਆ ਕੇ ਦਿੱਤਾ ਤੇ ਮੇਰੇ ਕੁਝ ਬੋਲਣ ਤੋਂ ਪਹਿਲਾਂ ਹੀ ਸਰਦਾਰ ਨੇ ਮੇਰੇ ਮੋਢੇ ਤੇ ਹੱਥ ਰੱਖ ਦਿਆਂ ਕਿ ਬੇਫਿਕਰ ਹੋ ਕੇ ਸੌਂ ਜਾ ਸਵੇਰੇ ਗੱਲ ਕਰਾਂਗੇ ਮੈਂ ਬੇਫਿਕਰ ਹੋ ਕੇ ਸੌਂ ਨਹੀਂ ਸਕਿਆ ਤੇ ਸੋਚਣ ਲੱਗਿਆ ਇਹ ਕਿਉਂ ਹੋਇਆ ਮੈਂ ਤਾਂ ਕਦੇ ਇਹਨਾਂ ਦੀ ਕੁੜੀ ਵਾਂ ਲੱਖ ਚੁੱਕੇ ਵੀ ਨਹੀਂ ਵੇਖਿਆ ਜੋ ਕੁੜੀਆਂ ਦੇ ਕਾਲਜ ਚ ਸੈਕੰਡ ਇਅਰ ਚ ਪੜ੍ਹਦੀ ਹੈ ਮੈਨੂੰ ਸੁਖੇ ਹੋਰਾਂ ਦੀ ਕਹੀ ਗੱਲ ਹਰ ਸਮੇਂ ਯਾਦ ਰਹਿੰਦੀ ਆਪਣੇ ਮਹੱਲੇ 'ਚ ਤਾਂ ਸ਼ਰਾਫਤ ਹੀ ਦਿਖਾਉਣੀ ਚਾਹੀਦੀ ਐ ਦੂਜੇ ਕਿਸੇ ਮਹੱਲੇ 'ਚ ਭਾਵੇਂ ਕੁਝ ਵੀ ਕਰ ਆਓ ਤੇ ਜੇ ਤੁਹਾਡੀ ਆਪਣੇ ਮਹੱਲੇ 'ਚ ਚੰਗੀ ਇੱਜ਼ਤ ਐ ਮਹੱਲੇ ਵਾਲੇ ਆਪੇ ਸੰਭ ਲੈਣਗੇ ਨਾ ਬਈ ਨਾ ਇਹ ਤਾਂ ਸਾਉ ਹੀ ਬਹੁਤ ਐ ਮੇਰੀ ਗਊ ਐ ਗਊ ਤੇ ਸੁਖੇ ਹੋਰੀ ਕਹਿੰਦੇ ਹੁੰਦੇ ਨੇ ਮੁਖੌਟਿਆਂ ਦਾ ਜ਼ਮਾਨਾ ਐ ਅੱਜਕੱਲ ਤੇ ਮੈਂ ਵੀ ਮੁਖੌਟਾ ਚੰਗੂ ਪਾਇਆ ਹੋਇਆ ਸੀ ਫੇਰ ਵੀ ਅਜਿਹਾ ਕਿਉਂ ਹੋਇਆ ਕੱਲ ਨੂੰ ਸੁਖੀ ਹੋਰੀ ਮੈਨੂੰ ਫੇਰ ਹੀ ਯਾਦ ਆਏ ਸੁਖੇ ਹੋਰਾਂ ਦਾ ਗਰੁੱਪ ਖਿੱਲਰ ਚੁੱਕਿਆ ਹੈ ਬੀਏ ਤੋਂ ਬਾਅਦ ਕੋਈ ਪਿੰਡ ਚਲਾ ਗਿਆ ਕੋਈ ਚੰਡੀਗੜ੍ਹ ਇੱਕ ਪੁਲਿਸ ਚ ਭਰਤੀ ਹੋ ਕੇ ਟ੍ਰੇਨਿੰਗ ਤੇ ਗਿਆ ਹੋਇਆ ਸੁਖੇ ਨੇ ਪਿੰਡ ਜਾ ਕੇ ਆਪਣੀ ਖੇਤੀ ਸੰਭਾਲ ਲਈਏ ਸੀਰੀਆਂ ਕੋਲੋਂ ਖੇਤ ਚ ਕੰਮ ਕਰਵਾਉਂਦਾ ਹੈ ਚੁਗਾਵੀਆਂ ਕੋਲੋਂ ਨਰਮਾਂ ਚੁਗਵਾਉਂਦਾ ਚੌਧਰ ਕਰਦਾ ਬੁੱਲੇ ਲੁੱਟਦਾ ਸੁਣਿਆ ਆਉਂਦੀਆਂ ਚੋਣਾ ਚ ਸਰਪੰਚੀ ਦੀ ਚੋਣ ਲੜਨ ਦੇ ਵੀ ਵਿਆਹਤ ਬਣਾ ਲਈ ਹੈ ਜੱਸੀ ਕੁਰੂਕਸ਼ੇਤਰ ਰਮੇ ਕਰਨ ਚਲਾ ਗਿਆ ਬਲਜੀਤ ਇਥੇ ਪੰਜਾਬੀ ਦੀ ਐਮੇ ਕਰ ਰਿਹਾ ਉਹਨੂੰ ਦੱਸوں ਸਵੇਰੇ ਜਾ ਕੇ ਸਵੇਰੇ ਭਾਜੀ ਨੇ ਦੱਸਿਆ ਵੀ ਇਹ ਕਿਸੇ ਨਾ ਕਿਸੇ ਬਹਾਨੇ ਮੇਰੇ ਕਿਰਾਏਦਾਰਾਂ ਨੂੰ ਤੰਗ ਕਰਕੇ ਭਜਾ ਦਿੰਦਾ ਹੈ ਇਹਦਰ ਅਸਲ ਮੇਰਾ ਮਕਾਨ ਖਰੀਦਣਾ ਚਾਹੁੰਦਾ ਹੈ ਇਹਨੇ ਕਈ ਵਾਰ ਮੈਨੂੰ ਮਕਾਨ ਵੇਚਣ ਵਾਸਤੇ ਕਿਹਾ ਪਰ ਮੈਂ ਨਾ ਮੰਨਿਆ ਇਸ ਲਈ ਤੰਗ ਕਰਦਾ ਰਹਿੰਦਾ ਜਦੋਂ ਇੰਦਰਾ ਗਾਂਧੀ ਦੀ ਹੱਤਿਆ ਹੋਈ ਉਦੋਂ ਮੇਰਾ ਘਰ ਫੂਕ ਦੇਣਾ ਸੀ ਇਹਨਾਂ ਨੇ ਉਦੋਂ ਮੈਨੂੰ ਟਾਈਮ ਤੇ ਪਤਾ ਲੱਗ ਗਿਆ ਤੇ ਮੈਂ ਪੀਸੀਓ ਤੇ ਜਾ ਕੇ ਐਸਡੀਐਮ ਨੂੰ ਫੋਨ ਕਰਤਾ ਤਾਂ ਬਚਾਅ ਹੋ ਗਿਆ ਐਸਡੀਐਮ ਤਾਂ ਇਹਦਾ ਯਾਰ ਹੈ ਰਾਤ ਇੱਥੇ ਹੀ ਉਹ ਸੁਨੀਲ दत्त ਮਲੋਤਰਾ ਇੱਕ ਲੰਡੂ ਜਿਹਾ ਵਕੀਲ ਹੈ ਸਾਲਾ ਅੱਛਾ ਮੈਨੂੰ ਬੜੀ ਹੈਰਾਨੀ ਹੋਈ ਸਾਲਾ ਇਹ ਵੀ ਕੋਈ ਤਰੀਕਾ ਹੈ ਬੰਦੇ ਨੂੰ ਡਰਾਉਣਾ ਹੀ ਆ ਤਾਂ ਫੈਂਟਰ ਤਾਂ ਕੋਈ ਤਕੜਾ ਮਾਰੋ ਦਿਨੇ ਬਲਜੀਤ ਨੂੰ ਮਿਲ ਕੇ ਸਾਰੀ ਗੱਲ ਦੱਸੀ ਹਾਲਾਂਕਿ ਸੁੱਖੇ ਦਾ ਪਿੰਡ ਮੇਰੇ ਪਿੰਡ ਕੋਲ ਹੀ ਪੈਂਦਾ ਪਰ ਉਹ ਸੁਖੇ ਨੂੰ ਫੋਨ ਕਰਕੇ ਬੁਲਾ ਲਏਗਾ ਬਲਜੀਤ ਤੇ ਉਹਦੇ ਨਾਲ ਦੇ ਪੰਜ ਛੇ ਜਣੇ ਸ਼ਾਮੀ ਕਮਰੇ ਚ ਆ ਕੇ ਵੀ ਗਏ ਤਾਂ ਕਿ ਜੰਗੜੇ ਨੂੰ ਪਤਾ ਲੱਗ ਜਾਏ ਵੀ ਉਹ ਇਕੱਲਾ ਨਹੀਂ ਹੈ ਜੰਗੜਾ ਘਰ ਚ ਇਕੱਲਾ ਹੈ ਉਹਦੀ ਘਰਵਾਲੀ ਤੇ ਲੜਕੀ ਕਿਤੇ ਗਏ ਹੋਏ ਸੀ ਹੁਣ ਕੱਲ ਦਾ ਦਿਨ ਬੜਾ ਉਲਟ ਫੇਰ ਭਰਿਆ ਰਿਹਾ ਪੂਨਮ ਘਰੋਂ ਕਾਜੂ ਦੀ ਬਰਫੀ ਲੈ ਕੇ ਆਈ ਸੀ ਕਿਉਂ ਇਹ ਉਹਨੇ ਨਹੀਂ ਦੱਸਿਆ ਅਸੀਂ ਰੁੱਖ ਨੰਬਰ 9 ਹੇਠਾਂ ਬੈਠ ਕੇ ਖਾਧੀ ਜਿੱਥੇ ਸਾਡੀ ਅੰਗਰੇਜ਼ੀ ਦੀ ਘੰਟੀ ਲੱਗਦੀ ਹੁੰਦੀ ਸੀ ਤੇ ਜੈਨ ਸਰ ਸਾਨੂੰ ਬੰਦੇ ਬਣਾਉਂਦੇ ਹੁੰਦੇ ਸੀ ਕਦੇ ਕੋਈ ਚੁਟਕਲਾ ਸੁਣਾ ਕੇ ਤੇ ਕਦੇ ਕੋਈ ਸ਼ੇਅਰ ਸੁਣਾ ਕੇ ਅਗਲਾ ਪੀਰੀਅਡ ਫੇਰ ਖਾਲੀ ਸੀ ਸੋ ਕੈਂਟੀਨ ਚੱਲ ਕੇ ਰਿਤਿਕਾ ਕੋਲੋਂ ਸਮੋਸੇ ਖਾਦੇ ਚਾਹ ਪੀਤੀ ਰਿਤਿਕਾ ਦੇ ਭਰਾ ਦੇ ਮੁੰਡਾ ਹੋਣ ਦੀ ਪਾਰਟੀ ਗੁਰਪਾਲ ਨੇ ਮੇਰੇ ਕੰਨ ਚ ਕਿਹਾ ਯਾਰ ਰਿਤਿਕਾ ਦੇ ਭਰਾ ਦੇ ਮੁੰਡਾ ਮੈਂ ਹੌਲੀ ਜੀ ਪੂਨਮ ਨੂੰ ਕਿਹਾ ਆਪਾਂ ਤਾਂ ਬਰਫੀ ਕੱਲੇ ਕੱਲੇ ਖਾਏ ਤਾਂ ਉਹ ਬੋਲੀ mohabbat ਕੇ ਲਈ ਕੁਝ ਖਾਸ ਦਿਲ ਮਕਸੂਸ ਹੁੰਦੇ ਹਨ ਇਹ ਉਹ ਨਗਮਾ ਹੈ ਜੋ ਹਰ ਸਾਜ਼ 'ਤੇ ਗਾਇਆ ਨਹੀਂ ਜਾਂਦਾ ਤੇ ਰਾਤ ਹੁੰਦੀਆਂ ਤਾਂ ਖਾਮ-ਖਾ ਚਿੱਤਰਪੈਣ ਦੀ ਨੌਬਤ ਵੀ ਆ ਗਈ ਸੀ ਮੈਨੂੰ ਲੱਗਿਆ ਚਿੱਤਰੋਂ ਕੇ ਲਈ ਵੀ ਕੁਝ ਖਾਸ ਸਿਰ ਮਕਸੂਸ ਹੁੰਦੇ 15-20 ਦਿਨ ਪਹਿਲਾਂ ਇੱਕ ਦਿਨ ਪੂਨਮ ਨੇ ਕਿਹਾ ਸੀ ਹੁਣ ਆਪਾਂ ਪੜਿਆ ਕਰਾਂਗੇ ਸੀਰੀਅਸਲੀ ਤੇ ਮੈਂ ਆਹ ਕੁਝ ਲਿਖਣਾ ਛੱਡ ਕੇ ਪੜਨਾ ਸ਼ੁਰੂ ਕਰ ਦਿੱਤਾ ਉਸ ਘਟਨਾ ਤੋਂ ਬਾਅਦ ਐਤਵਾਰ ਨੂੰ ਬਲਜੀਤ ਤੇ ਸੁੱਖਾ ਭਾਜੀ ਮੇਰੇ ਕਮਰੇ ਚ ਆਏ ਸੀ ਆਉਣਗੇ ਪਹਿਲਾਂ ਹੀ ਸੁਨੇਹਾ ਆ ਗਿਆ ਸੀ ਸੁਖਾ ਮੇਰੇ ਕਮਰੇ 'ਚ ਬੈਠ ਗਿਆ ਤੇ ਬਲਜੀਤ ਜਾ ਕੇ ਜਾਂਗੜੇ ਦੀ ਡੋਰ ਬੈਲ ਦਾ ਬਟਨ ਦਬਕੇ ਖੜ ਗਿਆ ਟੀ ਜਾਂਗੜੇ ਨੇ ਗੁੱਸੇ ਜਿਹੇ ਨਾਲ ਬੂਹਾ ਖੋਲਿਆ ਬੂਹਾ ਖੁੱਲਣਸਾਰ ਬਲਜੀਤ ਬੋਲੇ ਮਿਸਟਰ ਜਾਂਗੜਾ ਆਪਕੋ ਐਸ ਡੀ ਐਮ ਸਾਹਬ ਨੇ ਬੁਲਾਇਆ ਆਈਏ ਐਸ ਡੀ ਐਮ ਸਾਹਬ ਹਾਂ ਹਾਂ ਹਮਾਰੇ ਸਾਥੀ ਕੋ ਬੁਲਾ ਸਕਤੇ ਹਨ ਤੋ ਆਪਕੋ ਕਿਉਂ ਨਹੀਂ ਜਾਂਗੜਾ ਡਰਿਆ ਹੋਇਆ ਜਿਹਾ ਉਹ ਦੇ ਪਿੱਛੇ ਪਿੱਛੇ ਆ ਗਿਆ ਮੇਰੇ ਕਮਰੇ 'ਚ ਆਉਣ ਤੇ ਬਲਜੀਤ ਕਹਿੰਦਾ ਇਨਸੇ ਮਿਲੋ ਸੁਖਦੇਵ ਮਾਨ ਐਸਡੀਐਮ ਵੈਸੇ ਪੂਰਾ ਨਾਮ ਸੁਖਦੇਵ ਸਿੰਘ ਮਾਨ ਹੈ ਪਰ ਸਿੰਘ ਆਮ ਤੌਰ ਤੇ ਸਾਇਲੈਂਟ ਹੀ ਰਹਿੰਦਾ ਹੈ ਉਹ ਜਿਸ ਸਿੰਘ 3-4 ਸਾਲ ਪਹਿਲਾਂ ਇੱਕ ਵਾਰੀ ਗੱਜਿਆ ਸੀ ਉਸੇ ਦੀ ਕਮਾਈ ਖਾ ਰਹੇ ਆ ਹੁਣ ਤੂੰ ਲਾ ਲੈ ਸਾਹਿਬ ਸੁਖੇ ਭਾਜੀ ਨੇ ਉਹਨੂੰ ਸਮਝਾਇਆ ਜੰਗੜਾ ਮਾਫੀ ਮੰਗਣ ਲੱਗਿਆ ਤਾਂ ਸੁਖਾ ਕਹਿੰਦਾ ਮਾਫੀ ਤਾਂ ਜੰਗੜਾ ਸਾਹਿਬ ਅਸੀਂ ਮੰਗ ਲੈਨੇ ਆ ਤੁਸੀਂ ਸਾਡੇ ਵੱਡੇ ਹੋ ਪਰ ਬੇਕਸੂਰ ਨੂੰ ਜੇ ਤੁਹਾਨੂੰ ਕੋਈ ਖਦਸ਼ਾ ਹੈ ਤਾਂ ਦੱਸੋ। ਜਾੰਗੜਾ ਕੰਬ ਰਿਆ ਸੀ ਉਹਦੀ ਪਤਨੀ ਤੇ ਬੇਟੀ ਬਾਈ ਚਾਂਸ ਉਸ ਦਿਨ ਵੀ ਘਰ ਨਹੀਂ ਸੀ। ਹਾਂ ਇੱਕ ਗੱਲ ਹੋਰ। ਪੂਨਮ ਨੂੰ ਮੈਂ ਹੀ ਦੱਸਿਆ ਸੀ ਕਿ ਆਉਂਦੇ ਸ਼ੁੱਕਰਵਾਰ ਨੂੰ ਭਾਜੀ ਤੇ ਭਾਬੀ ਗੰਗਨਗਰ ਜਾਣਗੇ। ਸਕੂਲਾਂ ਦੀਆਂ ਛੁੱਟੀਆਂ ਨੇ। 11 ਵਜੇ ਗਲੀ 'ਚ ਮੋਪੇਡਾ ਆ ਕੇ ਰੁਕੀ ਮੈਂ ਖਿੜਕੀ 'ਚੋਂ ਦੇਖਿਆ ਪੂਨਮ ਮੋਪੇਡ ਨੂੰ ਸਟੈਂਡ 'ਤੇ ਖੜੀ ਕਰ ਰਹੀ ਸੀ ਤੇ ਮੈਂ ਬੂਹਾ ਖੋਲ ਦਿੱਤਾ। ਪੂਨਮ ਆ ਕੇ ਬੈਠੀ ਸੀ ਕਿ ਅੰਦਰ ਲਈ ਖੁੱਲੇ ਪੈ ਬੂਹੇ 'ਚ ਮਰਾਠਨ ਚਾਕੀ। ਕਿੈਸੀ ਹੈਂ ਆਪ? ਪੂਨਮ ਨੇ ਪੁੱਛਿਆ। अच्छी हूं मराठ ने किया ਤੇ ਦੇਹਲੀ ਤੋਂ ਅੰਦਰਲੇ ਪਾਸੇ ਆ ਕੇ ਖੜੀ ਹੋ ਗਈ ਆਓ ਬੈਠੋ ਪੂਨਮ ਨੇ ਕਿਹਾ ਨਹੀਂ ਅਭੀ ਬਹੁਤ ਕੰਮ ਪੜਾ ਹੈ ਚਾਹ ਲਾਉ ਅਰੇ ਨਹੀਂ ਚਾਹ ਤੋਂ ਮੈਂ ਪੀਤੀ ਨਹੀਂ ਪੂਨਮ ਨੇ ਝੂਠ ਬੋਲਿਆ ਤੇ ਉਹ ਅੰਦਰ ਚਲੇ ਗਈ ਇਹਦੀ ਕਾਸਟ ਕੀ ਹੈ ਮਹਾਰਾਸ਼ਟਰ ਚ ਤਾਂ ਰਾਣੇ ਮੁੰਡੇ ਠਾਕਰੇ ਇਸ ਤਰ੍ਹਾਂ ਦੀਆਂ ਕਾਸਟਾਂ ਨੇ ਨਾ ਪੂਨਮ ਨੇ ਉਹਦੇ ਜਾਣ ਤੋਂ ਬਾਅਦ ਪੁੱਛਿਆ ਪੂਨਮ ਮੇਰੇ ਲਹਿਜੇ ਤੋਂ ਇਹ ਉਹ ਸਮਝ ਗਈ ਕਿ ਫੇਰ ਉਹੀ ਜਾਤਪਾਤ ਕਿਸੇ ਦੀ ਪਰਸਨੈਲਿਟੀ ਬਾਰੇ ਜਾਣਨ ਲਈ ਉਹਦੀ ਜਾਤ ਤੇ ਬੈਕਗ੍ਰਾਉਂਡ ਬਾਰੇ ਜਾਨਣਾ ਆਰਥਿਕ ਪੱਖ ਨਾਲੋਂ ਵਿਵੱਧ ਜ਼ਰੂਰੀ ਹੁੰਦਾ ਹੈ ਪੂਨਮ ਨੇ ਆਪਣਾ ਤਰਕ ਦਿੱਤਾ ਪਰ ਜਾਤਾਂ ਦੇ ਨਾਮ ਤਾਂ ਹਰ ਕਿਤੇ ਇੱਕੋ ਜਿਹੇ ਹੁੰਦੇ ਨੇ ਜੱਟਾਂ 'ਚ ਕੀ ਤੇ ਚਮਾਰਾਂ 'ਚ ਕੀ ਤੇਰੀ ਦਿਲਚਸਪੀ ਇਹ ਜਾਣਨ 'ਚ ਹੈ ਕਿ ਇਹ ਐਸਸੀ ਹੈ ਕਿ ਓਸੀ ਜਿੱਥੇ ਤੱਕ ਮੇਰੀ ਜਜਮੈਂਟ ਹੈ ਇਹਦੀਆਂ ਹਰਕਤਾਂ ਬਹਾਮਣਾਂ ਵਾਲੀਆਂ ਨੇ ਪੂਜਾ ਪਾਠ ਕਰਦੀ ਹੈ ਵਰਤ ਰੱਖਦੀ ਹੈ ਮੰਥਲੀ ਪੀਰੀਅਡਸ ਦੌਰਾਨ ਮੰਜੀ ਦੇ ਬਜਾਏ ਚਟਾਈ ਤੇ ਲੇਟਦੀ ਏ ਉਦੋਂ ਦੀਵਾ ਬੱਤੀ ਵੀ ਨਹੀਂ ਕਰਦੀ ਪਰ ਉਹ ਗਰੀਬ ਹੈ ਔਰਤ ਹੈ ਤੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਪਿਛਲੇ 7 ਸਾਲਾਂ ਤੋਂ ਇਹ ਖੁਦ ਨੂੰ ਜਰਖੇ ਸਿੱਧ ਨਹੀਂ ਕਰ ਸਕੇ ਬਾਂਝਪਨ ਦਾ ਕਲੰਕ ਟੋ ਰਹੀ ਹੈ ਕਾਸਟਾਂ ਦੀ కెਮਿਸਟਰੀ ਬਾਰੇ ਤੂੰ ਜਾਣੇ ਪਰ ਮੇਰੇ ਮੁਤਾਬਕ ਇਹਨਾਂ ਹਾਲਾਤ ਅੰਦਰ ਇਹ ਸਭ ਤੋਂ ਦਲਿਤ ਹੈ ਕਿ ਕਿ ਮੈਂ ਉਹਦੇ ਚਿਹਰੇ ਵੱਲ ਦੇਖਿਆ ਤਾਂ ਲੱਗਿਆ ਉਹ ਅੱਜ ਬਹਿਸ ਦੇ ਮੂਰਚ ਨਹੀਂ ਸੀ ਸ਼ਿਵਾਜੀ ਮਰਾਠਾ ਸੀ ਜ਼ੁਲਮ ਦੇ ਖਿਲਾਫ ਲੜਿਆ ਸੀ ਬ੍ਰਾਹਮਣਾਂ ਨੇ ਉਹਦਾ ਰਾਜ ਤਿਲਕ ਕਰਨ ਤੋਂ ਨਾ ਕਰਤੀ ਸੀ ਕਿਉਂਕਿ ਮਰਾਠਿਆਂ ਨੂੰ ਛੂਦਰ ਮੰਨਦੇ ਸੀ ਮੈਂ ਕਿਤੇ ਪੜਿਆ ਸੀ ਇਹ ਤਰਕ ਸਾਹਮਣੇ ਰੱਖ ਦਿੱਤਾ ਹੋਰ ਵੀ ਤਰਕ ਦਿੰਦਾ ਪਰ ਉਹ ਮੇਰੀ ਗੱਲ ਸੁਣ ਕੇ ਅਨੀਜ਼ੀ ਮਹਿਸੂਸ ਕਰ ਰਹੀ ਸੀ ਹਾਲਾਂਕਿ ਮੈਂ ਅੱਜ ਉਹਦੇ ਇਤਿਹਾਸ 'ਚ ਜਾਣ ਬਾਰੇ ਸਿੱਧੀ ਕੋਈ ਗੱਲ ਨਹੀਂ ਕੀਤੀ ਸੀ ਉਨੇ ਟੌਪਿਕ ਬਦਲਣਾ ਬਿਹਤਰ ਸਮਝਿਆ ਉਹ ਸਾਹਮਣੇ ਕੁਰਸੀ ਤੇ ਬੈਠੀ ਸੀ ਮੈਂ ਮੰਜੇ ਤੇ ਮੈਨ ਲੱਗਿਆ ਜਿਵੇਂ ਉਹ ਸੱਤ ਸਮੁੰਦਰ ਪਾਰ ਬੈਠੀ ਹੋਵੇ ਆਪਦੀ ਡਾਇਰੀ ਤਾਂ ਲਿਆ ਉਹਨੂੰ ਪਤਾ ਸੀ ਮੈਂ ਕਦੇ ਕਦੇ ਡਾਇਰੀ ਲਿਖਦਾ ਮੈਂ ਸਰਾਣੇ ਥੱਲਿਓਂ ਕੱਢ ਕੇ ਉਹਨੂੰ ਫੜਾਉਂਦਾ ਉਹਨੇ ਇੱਕ ਸਾਫ਼ ਪੇਜ ਤੇ ਨਿੰਬੂ ਦਾ ਮਿੱਠਾ achar ਬਣਾਉਣ ਦਾ ਫਾਰਮੂਲਾ ਲਿਖ ਦਿੱਤਾ ਨਿੰਬੂ 2.5 ਕਿਲੋ ਚੀਨੀ 750 ਗ੍ਰਾਮ ਵੱਡੀ ਇਲਾਇਚੀ 20 ਗ੍ਰਾਮ ਕਾਲੀ ਮਿਰਚ 20 ਗ੍ਰਾਮ ਦਾਲਚੀਨੀ 20 ਗ੍ਰਾਮ ਲੌਂਗ 5 ਗ੍ਰਾਮ ਸੌਂਡ 20 ਗ੍ਰਾਮ ਮਗਾ 5 ਗ੍ਰਾਮ ਅਜਵੈਨ 20 ਗ੍ਰਾਮ ਨਮਕ 400 ਗ੍ਰਾਮ ਜੀਰਾ 50 ਗ੍ਰਾਮ ਤੇ ਕਾਲਾ ਨਮਕ 50 ਗ੍ਰਾਮ ਉਪਰੋਕਤ ਸਾਰੇ ਮਸਾਲੇ ਮਿਕਸੀ ਚ ਗ੍ਰाइंड ਕਰ ਲਓ ਤੇ ਪਰਾਤ ਚ ਪਾ ਕੇ ਨਮਕ ਤੇ ਚੀਨੀ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਓ ਨਿੰਬੂ ਇਸ ਤਰ੍ਹਾਂ ਵਿਚਾਲਿਆਂ ਕੱਟੋ ਕਿ ਚਾਰੇ ਪਾੜੀਆਂ ਅਲੱਗ ਨਾ ਹੋਣ ਫਿਰ ਹਰ ਨਿੰਬੂ ਵਿੱਚ ਮਸਾਲਾ ਭਰ ਕੇ ਮਰਤਬਾਨ ਚ ਪਾ ਕੇ ਪੰਜ ਚਾਰ ਦਿਨ ਧੁੱਪੇ ਰੱਖੋ ਆਚਾਰ ਤਿਆਰ ਹੈ ਆਪ ਖਾਓ ਆਪਣੇ ਦੋਸਤਾਂ ਰਿਸ਼ਤੇਦਾਰਾਂ ਨੂੰ ਕਾਸਟਾਂ ਦੀ కెਮਿਸਟਰੀ ਤੋਂ ਇੱਕਦਮ ਆਚਾਰ ਤੱਕ ਦੇ ਉਸ ਉਹਦੇ ਸਫ਼ਰ ਤੇ ਮੈਂ ਹੈਰਾਨ ਸੀ ਉਹਨੇ ਡੈਰੀ ਸਰਾਣੇ ਥੱਲੇ ਰੱਖੀ ਤੇ ਉੱਠ ਕੇ ਅੰਦਰ λεबूਏ ਦੀ ਵੀ ਕੁੰਡੀ ਲਾ ਦਿੰਦੀ ਫੁਨਮ ਤੂੰ ਮੋਟੀ ਹੁੰਦੀ ਜਾ ਰਹੀ ਅਸੀਂ ਪਏ ਛੱਤਵਾਲ ਦੇਖ ਰਹੇ ਸੀ ਕਿ ਮੈਂ ਉੰਜੀ ਗੱਲ ਸ਼ੁਰੂ ਕਰਤੀ ਮੈਨੂੰ ਵੀ ਲੱਗਦਾ ਛੱਤਵਾਲ ਦੇਖਦੇ ਉਹਨੇ ਕਿਹਾ ਕੁਝ ਪਲ ਸੋਚ ਕੇ ਫਿਰ ਬੋਲੀ ਜੇ ਮੰਮੀ ਜਿੰਨੀ ਕੋ ਹੋ ਜਾਵਾਂ ਫਿਰ ਤਾਂ ਕੋਈ ਡਰ ਨਹੀਂ ਬਲੀ ਤਾਂ ਫਿਰ ਕਮਰੇ 'ਚ ਫਿਰ ਚੁੱਪੀ ਪਸਰ ਗਈ ਜਿਵੇਂ ਅਸੀਂ ਬੀਤ ਚੁੱਕੇ ਪਲਾਂ ਨੂੰ ਫਿਰ ਮਨ ਲੈ ਹੋਈਏ ਉਹ ਪਲ ਜੋ ਇੱਕ ਬਾਪ ਰੋਲੇ ਵਾਂਗ ਆਏ ਤੇ ਕਿੰਨਾ ਕੁਝ ਉਲਟ ਪੁਲਟ ਕਰਕੇ ਚਲੇ ਗਏ ਪੂਨਮ ਦੇ ਚਿਹਰੇ ਦਾ ਬਿਲਕੁਲ ਲਾਈਟ ਮੇਕਅਪ ਸ਼ੈਂਪੂ ਕੀਤੇ ਵਾਲਾਂ ਦੀ ਸੈਟਿੰਗ ਤੇ ਸੂਟ ਨਾਲ ਮੈਚ ਕਰਦੇ ਬਹੁਤ ਹੀ ਲਾਈਟ ਮੈਟੈਲਿਕ ਸ਼ੇਡ ਦੀ ਨੇਲ ਪਾਲਿਸ਼ ਸਿਰਫ ਨੇਲ ਪਾਲਿਸ਼ ਆਪਣੇ ਅਸਲ ਰੂਪ 'ਚ ਬਾਕੀ ਸੀ ਖਾਮੋਸ਼ੀ ਹੋਰ ਗਹਿਰੀ ਹੁੰਦੀ ਚਲੀ ਗਈ ਜਿਵੇਂ ਕਿ ਸਾਡੇ ਅੰਦਰ ਉਤਰ ਰਹੀ ਹੋਵੇ ਮੈਂ बार-बार ਇਤਿਹਾਸ ਕਿਉਂ ਚਲੀ ਜਾਨੀ ਹੈ ਇਹ ਹੀ ਪੁੱਛਿਆ ਸੀ ਨਾ ਰਾਜਤਾ ਉਸ ਦਿਨ ਤੂੰ ਕਿੰਨਾ ਕੁ ਲੈਂਡਲੋਰਡ ਹੈ ਇਹ ਤਾਂ ਮੈਨੂੰ ਨਹੀਂ ਪਤਾ ਪਰ ਇਹ ਜ਼ਰੂਰ ਪਤਾ ਕਿ ਤੂੰ ਅਪਰ ਕਾਸਟ ਹੈ ਕਿ ਤੂੰ ਜਾਣਦਾ ਹੈ ਕਿ ਮੈਂ ਸ਼ੈਡਿਊਲ ਕਾਸਟ ਹਾਂ ਨਾਂ ਵੀ ਜਾਣਦਾ ਹੋਵਾਂ ਤਾਂ ਕਿ ਫਰਕ ਪੈ ਜਾਏਗਾ ਮੈਂ ਕਿਹਾ 2 ਸਾਲ ਪਹਿਲਾਂ ਗੁਜ਼ਰੇ ਮੇਰੇ ਦਾਦਾ ਦਾ ਮੇਰੇ ਨਾਲ ਬਹੁਤ ਮੋਹ ਸੀ ਜੋ ਜੱਟਾਂ ਦੇ ਸੀਰੀ ਰਲਦੇ ਹੁੰਦੇ ਸੀ ਤੇ ਕਿਨਹ ਹਾਲਾਤ ਵਿੱਚ ਸਿਰ ਛੱਡ ਕੇ ਸ਼ਹਿਰ ਆ ਗਏ ਸੀ ਇਹ ਲੰਮੀ ਕਹਾਣੀ ਹੈ ਖਮੋਸ਼ੀ ਵਿੱਚ ਉੱਭਰ ਕੇ ਪੂਨਮ ਦੇ ਬੋਲ ਮੇਰੇ ਕੰਨਾਂ 'ਚ ਪਏ ਉਹ ਕਹਿ ਰਹੀ ਸੀ ਤੇਰੀ ਗੱਲ ਠੀਕ ਹੈ ਰਾਜ ਮੇਰਾ ਆਪਣਾ ਤਾਂ ਕੋਈ ਇਤਿਹਾਸ ਵੀ ਨਹੀਂ ਹੈ ਮੇਰੇ ਪਿਓ ਦਾ ਵੀ ਇਸ ਨਾਲ ਕੋਈ ਖਾਸ ਵਾਸਤਾ ਨਹੀਂ ਇਹ ਇਤਿਹਾਸ ਤਾਂ ਮੇਰੇ ਦਾਦੇ ਕੋਲੋਂ ਸਿੱਧਾ ਮੈਨੂੰ ਵਿਰਾਸਤ 'ਚ ਮਿਲਿਆ ਤੇਰੀ ਕਿਉਂ ਦਾ ਜਵਾਬ ਚਾਹੀਦਾ ਤਾਂ ਤੈਨੂੰ ਮੇਰੇ ਨਾਲ ਕਿਤੇ ਇਕਾਂਤ 'ਚ ਚੱਲਣਾ ਪਊ ਤੇ ਅਸੀਂ ਕੰਟੇਨ 'ਚ ਉੱਠ ਕੇ ਕ੍ਰਿਕਟ ਗਰਾਊਂਡ 'ਚ ਆ ਗਏ ਸਾਂ ਜਿੱਥੇ ਇੱਕ ਸ਼ੈਡਿਊਲ ਕਾਸਟ ਕੁੜੀ ਇੱਕ ਅਪਰ ਕਾਸਟ ਮੁੰਡੇ ਨੂੰ ਆਪਣੇ ਨਾਲ ਆਪਣੇ ਇਤਿਹਾਸ ਲੈ ਗਈ ਸੀ ਉਸ 'ਚ ਆਪਣੇ ਦਾਦੇ ਦੀ ਰੂਹ ਪ੍ਰਵੇਸ਼ ਕਰ ਚੁੱਕੀ ਸੀ ਤੇ ਬਦਲ ਚੁੱਕੀ ਸੀ ਉਹਦੀ ਭਾਸ਼ਾ ਲਹਿਜਾ ਮੁਹਾਵਰਾ ਤੇ ਬਾਡੀ ਲੈਂਗੁਏਜ ਤੱਕ ਸਾਨੂੰ ਦੂਰੋਂ ਕੋਈ ਵੀ ਦੇਖਦਾ ਸਕਦਾ ਸੀ ਪਰ ਸੁਣ ਨਹੀਂ ਸੀ ਸਕਦਾ ਮੈਂ ਸੁਣ ਰਿਹਾ ਸੰਤੂ ਕਹਿ ਰਹੀ ਸੀ ਇਤਿਹਾਸ ਇਕੱਲਾ ਰਾਜੇ ਮਹਾਰਾਜਿਆਂ ਤੇ ਯੁੱਧਿਆਂ ਦਾ ਹੀ ਨਹੀਂ ਹੁੰਦਾ ਆਮ ਲੋਕਾਂ ਦਾ ਉਹਨਾਂ ਦੇ ਰੀਤੀ ਰਿਵਾਜਾਂ ਇੱਛਾ ਅਤਾਂਖਿਆਵਾਂ ਦਾ ਵੀ ਹੁੰਦਾ ਹੈ ਇਹ ਇਤਿਹਾਸ ਜਿੰਨਾ ਮੈਂ ਆਪਣੇ ਦਾਦੇ ਕੋਲੋਂ ਸੁਣਿਆ ਕਿਤੇ ਵੱਧ ਉਹਨਾਂ ਦੇ ਚਿਹਰੇ ਤੋਂ ਪੜਿਆ ਕੋਈ ਇਹਨੂੰ ਭਾਵੇਂ ਹੋਏ ਬੀਤੇ ਦਾ ਰੁਦਨ ਵੀ ਕਹਿ ਸਕਦਾ ਪਰ ਉਹ ਝੂਠ ਬੋਲ ਰਿਹਾ ਹੋਵੇਗਾ ਪਰ ਪੂਨਮ ਤੇਰੇ ਇਤਿਹਾਸ ਤੇ ਮੇਰੇ ਪੁਰਖਿਆਂ ਵਰਗਾ ਤਾਂ ਇੱਕ ਵੀ ਚਿਹਰਾ ਮੈਨੂੰ ਨਜ਼ਰ ਨਹੀਂ ਆਇਆ ਜੋ ਦੂਰੀ ਮਾਰ ਸਹਿੰਦੇ ਰਹੇ ਬੇਸ਼ੱਕ ਪ੍ਰਕਾਸ਼ ਦੇ ਨਾਂ ਤੇ ਤਾਂ ਅੱਜ ਵੀ ਸਾਰੇ ਲੰਬੰਦ ਹੋ ਜਾਂਦੇ ਨੇ ਕੀ ਅਮੀਰ ਕੀ ਗਰੀਬ ਇਹ ਤਾਂ ਉਹੀ ਗੱਲ ਹੋਈ ਅਖੇ ਸਾਰੇ ਮਰਦ ਇੱਕੋ ਜਿਹੇ ਹੁੰਦੇ ਨੇ ਸ਼ੁਰੂ-ਸ਼ੁਰੂ 'ਚ ਤਾਂ ਮੈਂ ਪੂਨਮ ਨੂੰ ਇੱਕ ਚਾਮਲੀ ਹੋਈ ਕੁੜੀ ਸਮਝਿਆ ਸੀ ਜੋ ਇੱਕੋ ਸਾਹੇਬ ਸਭ ਕੁਝ ਇੰਜੋਏ ਕਰ ਲੈਣਾ ਚਾਹੁੰਦੀ ਹੋਵੇ ਪਰ ਇਸ ਘਟਨਾ ਤੋਂ ਬਾਅਦ ਮੈਨੂੰ ਆਪਣੀ ਧਾਰਨਾ ਬਦਲਣੀ ਪਈ। ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਪੂਨਮ ਨਾਲ ਨੇੜਤਾ ਵਧਣੀ ਸ਼ੁਰੂ ਹੋਈ ਸੀ ਤੇ ਆਪਣੇ ਪਛੋਕੜ ਵਾਰਿਓ ਨੇ ਪਹਿਲੀ ਵਾਰ ਇੰਨਾ ਕੁਝ ਦੱਸਿਆ ਸੀ। ਘਰ ਕੀ ਦੱਸ ਕੇ ਆਈ ਹੈ। ਮੈਂ ਫਿਰ ਖਾਮੋਸ਼ੀ ਭੰਗ ਕਰਨ ਦੀ ਕੋਸ਼ਿਸ਼ ਕੀਤੀ। ਤੇਰੇ ਕੋਲੋਂ ਨੋਟਸ ਲੈਣੇ ਨੇ ਰਿਤਿਕਾ ਦੇ ਘਰ ਜਾਣਾ ਹੈ। ਮੈਂ ਮੰਮੀ ਨੂੰ ਕਦੇ ਝੂਠ ਨਹੀਂ ਬੋਲਦੀ। ਹੁਣ ਤੂੰ ਘਰ ਜਾਏਂਗੀ ਸ਼ਕਲ ਦੇਖ ਕੇ ਤੇਰੀ ਮੰਮੀ ਨੂੰ ਸ਼ੱਕ ਹੋ ਜਾਣਾ ਹੈ ਹੋ ਸਕਦਾ ਹੈ ਮੇਰੀ ਮੰਮੀ ਨੂੰ ਪਹਿਲਾਂ ਹੀ ਸ਼ੱਕ ਹੋਵੇ ਫਿਰ ਵੀ ਮੈਂ ਆਪੇ ਟੈਕਲ ਕਰ ਲਾਂਗੀ ਤੂੰ ਕਿਸ ਮਿੱਟੀ ਦੀ ਬਣੀ ਹੋਈ ਹੈ ਇਸ ਮਿੱਟੀ ਨਾਲ ਇੱਕ ਵਿੱਚ ਹੋ ਕੇ ਵੀ ਤੈਨੂੰ ਪਤਾ ਨਹੀਂ ਚੱਲਿਆ ਮੇਰੇ ਵਰਗੇ ਪਿੰਡਾਂ ਵਾਲੇ ਨਿਮਨ ਮੱਧ ਵਰਗੀ ਲੋਕਾਂ ਵਿੱਚ ਕੰਫੀਡੈਂਸੀ ਘਾਟ ਕੇ ਹੁੰਦੀ ਹੈ ਸੱਚ ਦੱਸਾਂ ਤਾਂ ਤੇਰੀ ਕੰਫੀਡੈਂਸ ਨਹੀਂ ਚੱਲ ਛੱਡ ਹੁਣ ਫਲਸਫੀ ਛਾੜੀ ਜਾਏਗਾ ਕਿ ਕਿ ਬੰਦਾ ਵੀ ਬਣੇਗਾ ਕਹਨੇ ਉਹਨੇ ਮੇਰੇ ਵੱਲ ਨਸ਼ਿਆਈਆਂ ਅੱਖਾਂ ਨਾਲ ਤੱਕਿਆ ਲੱਗਿਆ ਜਿਵੇਂ ਅਸੀਂ ਇੱਕ ਦੂਜੇ ਦੇ ਦਿਲਾਂ ਅੰਦਰ ਉਤਰ ਗਏ ਹੋਈਏ ਕੁਝ ਪਲਾਂ ਦੀ ਖਾਮੋਸ਼ੀ ਤੋਂ ਬਾਅਦ ਮੇਰੇ ਅੰਦਰੋਂ ਆਵਾਜ਼ ਆ ਰਹੀ ਸੀ ਪੂਨਮ ਤੋਂ ਇੱਕ ਸਕੂਨ ਦਾ ਨਾਮ ਹੈ ਸੰਤੁਸ਼ਟੀ ਦਾ ਇੱਕ ਰਿਸ਼ਤੇ ਦਾ ਨਾਮ ਹੈ ਬੇਸ਼ੱਕ ਮੇਰਾ ਜਾਤੀ ਹੰਕਾਰ ਮੈਨੂੰ ਇਸ ਰਿਸ਼ਤੇ ਨੂੰ ਕੋਈ ਨਾਮ ਦੇਣ ਤੋਂ ਰੋਕਦਾ ਰਹਿੰਦਾ ਹੈ ਉਸ ਦਿਨ ਜਦ ਮੈਂ ਤੈਨੂੰ ਪਹਿਲੀ ਵਾਰੀ ਛੂਹਿਆ ਸੀ ਮੈਨੂੰ ਲੱਗਿਆ ਸੀ ਕਿ ਮੈਂ ਇੱਕ ਅੱਛੀ ਦੋਸਤ ਨੂੰ ਖੋ ਰਿਹਾ ਹਾਂ ਹੁਣ ਜਿਵੇਂ ਕਿ ਉਹਨੇ ਮੇਰੀ ਆਵਾਜ਼ ਸੁਣ ਲਈ ਹੋਵੇ ਕੀ ਕੁਛ ਨਹੀਂ ਅੱਛਾ ਇਹ ਫਾਰਮੂਲਾ ਗੁੰਮਨਾ ਕਰ ਦੇ ਫਾਰਮੂਲੇ ਦੇ ਨਾਲ ਨਾਲ ਤੈਨੂੰ ਵੀ ਗੁੰਮ ਨਹੀਂ ਹੋਣ ਦਿਆਂਗਾ ਜੇ ਹੋ ਗਈ ਤਾਂ ਇਸ ਡਾਇਰੀ ਚੋਂ ਲੱਭ ਲਾਂਗਾ ਮੈਂ ਬਿਨਾਂ ਸੋਚਿਆ ਹੀ ਕਹਿ ਤਾ ਦਿੱਤਾ ਪਰ ਡਰ ਵੀ ਲੱਗਿਆ ਉਹਨੂੰ ਲੱਗਦਿਆਂ ਕਿਤੇ ਖੋਤਾ ਨਹੀਂ ਗਵਾਜ ਜਾਵਾਂਗਾ ਧੰਨਵਾਦ ਚਲਦਾ